ਸੋ ਜੀ ਨੈਕਸਟ ਸਟੂਡੈਂਟ ਨੇ ਸਾਡੇ ਨਾਲ ਨਿਰਲੇਪ ਸਿੰਘ ਜੀ ਨਿਰਲੇਪ ਜੀ ਵੈਲਕਮ ਵੈਲਕਮ ਤੁਸੀਂ ਆਪਣੇ ਬਾਰੇ ਦੱਸੋ ਮਤਲਬ ਕਿ ਤੁਹਾਡੀ ਪ੍ਰੋਫਾਈਲ ਬਾਰੇ ਅਤੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਬਠਿੰਡੇ ਤੋਂ ਬਿਲੋਂਗ ਕਰਦਾ ਅਤੇ ਮੈਂ ਡਿਪਲੋਮਾ ਕੀਤਾ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਉਹ ਤੋਂ ਬਾਅਦ ਮੈਂ ਆਈਐਲਟਸ ਐਗਜ਼ਾਮ ਦਿੱਤਾ ਅਤੇ ਮੇਰੀ ਗੱਲ ਲੈਂਡਮਾਰਕ ਇਮੀਗ੍ਰੇਸ਼ਨ ਨਾਲ ਹੋਈ ਉਹਨੇ ਮੈਨੂੰ ਵੀ ਦੱਸਿਆ ਵੀ ਫਾਈਲਿੰਗ ਪ੍ਰੋਸੈਸਿੰਗ ਵਾਸਤੇ ਦੀ ਉਹ ਤੋਂ ਬਾਅਦ ਫਿਰ ਮੈਂ ਫਾਈਲ ਅਪਲਾਈ ਲੈਂਡਮਾਰਕ ਤੋਂ ਅਪਲਾਈ ਕੀਤੀ ਕਿੰਨੀ ਪਰਸੈਂਟੇਜ ਸੀਗੀ ਤੁਹਾਡੀ ਮੇਰੀ ਫਸਟ ਡਿਵੀਜ਼ਨ ਸੀ 61% ਓਕੇ ਨਾਈਸ ਤਾਂ ਲੈਂਡਮਾਰਕ ਦਾ ਰੈਫਰੈਂਸ ਕਿਹਦੇ ਥਰੂ ਮਿਲਿਆ ਰੈਫਰੈਂਸ ਮੈਮ ਟੀਵੀ ਥਰੂ ਟੀਵੀ ਥਰੂ ਓਕੇ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਐਕਸਪੀਰੀਅੰਸ ਵਧੀਆ ਰਿਹਾ ਮੈਂ ਹਾਰਡਲੀ 2-3 ਡੇਜ਼ ਦੇ ਵਿੱਚ ਮੇਰਾ ਆਪਰੇਟਰ ਆ ਗਿਆ ਸੀਗਾ ਅਤੇ 25 ਡੇਜ਼ ਦੇ ਵਿੱਚ ਮੇਰਾ ਵੀਜ਼ਾ ਓਕੇ ਨਾਈਸ ਤਾਂ ਕਿਹੜੇ ਪ੍ਰੋਗਰਾਮ ਲਈ ਜਾ ਰਹੇ ਹੋ ਅਤੇ ਕਿਹੜੀ ਕੰਟਰੀ 'ਚ ਜਾ ਰਹੇ ਹੋ ਮੈਂ ਕੈਨੇਡਾ ਜਾ ਰਿਹਾ ਵਿੰਟਰਸ ਦੇ ਵਿੱਚ ਅਤੇ ਉੱਥੇ ਪ੍ਰੋਗਰਾਮ ਹੈਗਾ ਮੇਰਾ ਇਲੈਕਟਰੋ ਮਕੈਨੀਕਲ ਇੰਜੀਨੀਅਰਿੰਗ ਟੈਕਨੀਸ਼ੀਅਨ ਓਕੇ ਨਾਈਸ ਤਾਂ ਜੀ ਤੁਹਾਡਾ ਪਾਸਪੋਰਟ ਅਤੇ ਮੈਨੀ ਕੋਂਗਰੈਚੁਲੇਸ਼ਨ ਤੁਹਾਨੂੰ